ਜਿਹੜਾ ਉਹਨੂੰ ਤੁਹਾਨੂੰ ਦੱਸੀ ਵੀ ਧਰਮਰਾਜ ਨੇ ਨਾ ਆਪਣੇ ਦਰਬਾਰ 'ਚ ਟੱਲੀ ਲਾਈ ਆ, ਕੋਈ ਜਦੋਂ ਕੋਈ ਧਰਤੀ 'ਤੇ ਝੂਠ ਬੋਲਦਾ ਨਾ ਉਹ ਟੱਲੀ ਵੱਜ ਜਾਂਦੀ ਆ। ਕਿੰਨੀਆਂ ਕੁ ਟੱਲੀਆਂ? ਇੱਕ ਦਿਨ ਕਹਿੰਦੇ ਬੜੀ ਟੱਲੀ ਵੱਜੀ ਜਾਵੇ, ਟੱਲੀ ਵੱਜੀ ਜਾਵੇ, ਉਹ ਟੀ ਵੀ 'ਤੇ ਦੱਸਣ ਦੇ ਵਿਰੋਧੀ ਪਾਰਟੀ ਵਾਲੇ। ਇਹ ਕਿਹਨੇ ਕਿਹਾ ਵੀ ਅੱਜ ਟੱਲੀ ਵੱਜੀ ਜਾਂਦੀ ਆ, ਇਹ ਕਾਂਗਰਸ ਨੇ ਆਪਣਾ ਚੋਣ ਮਰਾਰ ਸੁਚਾਰੂ ਕਰਤਾ ਤਾਂ ਵੱਜੀ ਜਾਂਦੀ ਹੈ, ਤਾਂ ਝੂਠ ਹੋ ਜੀ ਟੀ ਵੀ 'ਤੇ ਦੱਸਣ ਦੇ। ਉਹ ਦੂਸਰੇ ਦੋਵੇਂ ਪਾਰਟੀਆਂ ਬੈਠੀਆਂ ਏ ਤੇ ਉਹ ਕਹਿੰਦੇ ਵੀ ਅੱਜ ਇਹਨਾਂ ਧਰਮਰਾਜ ਯਾਰ ਫਲਾਣੀ ਤਰੀਕ ਨੂੰ 5 ਵਜੇ ਤੋਂ ਟੱਲੀਆਂ ਸਾਰੀਆਂ ਟੱਲੀਆਂ ਬਣੀਆਂ, ਉਹ ਸਾਰੀਆਂ ਵੱਜਣ ਲਾ ਪਈਆਂ। ਧਰਮਰਾਜ ਬੋਲਦੇ ਵੀ ਅੱਜ ਟੱਲੀਆਂ ਕਿਉਂ ਵੱਜੀ ਜਾਂਦੀਆਂ? ਕਹਿੰਦੇ ਵੀ ਉਹ ਥੱਲੇ ਨਾ ਉਹ ਕਾਂਗਰਸ ਨੇ ਚੋਣ ਮਰਾਉਣ ਜਾਰੀ ਕਰਤਾ ਤਾਂ ਵੱਜੀ ਜਾਂਦੀ। ਯਾਨੀ ਕਿ ਮਨੁੱਖ ਦੇ ਅੰਦਰ ਇੱਕ ਟੱਲੀ ਆ, ਇੱਕ ਅਲਾਰਮ ਹੈ, ਉਹ ਖੜਕਦਾ ਹੈ। ਧਰਮੀ ਅੰਦਰ ਬਿਲਕੁਲ ਸਾਫ਼ ਖੜਕਦਾ। ਦੇਖੋ